ਟਾਂਡਾ ਸਾਬਕਾ ਸੈਨਿਕ ਸਰਬਸਾਜੀ ਕਮੇਟੀ ਪੰਜਾਬ ਸੂਬਾ ਪ੍ਰਧਾਨ ਆ ਵੀਰ ਜੀ ਮੇਰਾ ਇਹ ਮਸਲਾ ਇਹ ਹੈ ਕਿ ਸਾਡੀ ਬੇਟੀ ਦੀ 2022 ਚ ਜੁਲਾਈ ਚ ਫਾਇਲ ਆਈ ਸੀ ਉਹਦੇ ਵਿੱਚ ਨਾਲ ਦੇ ਹੀ ਭਪਿੰਦਰ ਸਿੰਘ ਆ ਇਥੋਂ ਆਦੀਆਂ ਦਾ ਏਜੰਟ ਉਹਦਾ ਫਾਦਰ ਆ ਤਰਲੋਕ ਸਿੰਘ ਨਾਲ ਹਰਵਿੰਦਰ ਸਿੰਘ ਆ ਤੇ ਜਸਵੀਰ ਕੌਰ ਚਾਰ ਜਾਣੇ ਆ ਜਿਨ੍ਹਾਂ ਨੇ ਮੇਰੇ ਕੋ ਇੱਥੇ 4 ਲੱਖ ਰੁਪਈਆ GK ਹੋਟਲ ਦੇ ਕੋਲ 5 ਲੱਖ GK ਹੋਟਲ ਦੇ ਕੋਲ ਲਿਆ ਪੰਜਾਂ ਬੱਚਿਆਂ ਦਾ ਉਹਦੇ ਵਿੱਚ ਇੱਕ ਮੇਰੀ ਬੇਟੀ ਆ ਇੱਕ ਮੇਰਾ ਭਣੇਵਾਂ ਆ ਇੱਕ ਸਾਡੇ ਗੁਰਦੁਆਰੇ ਦਾ ਬਾਬਾ ਜੀ ਆ ਤੇ 2 ਜਾਣੇ ਬੱਚੇ ਹੋਰ ਨੇ ਇੱਕ ਸਾਡੇ ਪਿੰਡ ਦੀ ਨੌਂ ਆ ਅਸੀਂ ਇਹਨਾਂ ਨੇ ਪੁਰਤਗਾਲ ਘੱਲਣ ਦਾ ਸਾਡੇ ਨਾਲ ਗੱਲ ਕੀਤੀ ਸੀ ਕਿ ਅਸੀਂ ਤੁਹਾਨੂੰ ਪੁਰਤਗਾਲ ਭੇਜਾਂਗੇ ਉਹਦੇ ਵਿੱਚ ਇਹਨਾਂ ਨੇ ਸਾਡੇ ਆਨਲਾਈਨ ਡਾਕੂਮੈਂਟ ਮੰਗਾਏ ਅਸੀਂ ਆਨਲਾਈਨ ਡਾਕੂਮੈਂਟ ਇਹਨਾਂ ਨੂੰ ਦਿੱਤੇ ਆ ਇਹਨਾਂ ਨੇ ਆਨਲਾਈਨ ਹੀ ਸਾਨੂੰ ਆਫਰ ਲੈਟਰਾਂ ਦਿੱਤੀਆਂ ਨੇ ਆਨਲਾਈਨ ਹੀ LO ਦਿੱਤੀ ਆ ਫੀਸ ਤਾਰਨ ਤੋਂ ਬਾਅਦ ਜਦੋਂ 5-5 ਲੱਖ ਇਹਦੇ ਖਾਤੇ 'ਚ ਭਪਿੰਦਰ ਸਿੰਘ ਦੇ ਪਾਇਆ ਆ ਮੁੜ ਕੇ ਉਹ ਫਰਾਡ ਕਰਕੇ ਭੱਜ ਗਿਆ ਜੀ ਫਰਾਡ ਕਰਕੇ ਭੱਜ ਗਿਆ ਜੁਲਾਈ ਮਹੀਨੇ 'ਚ ਸਾਡੇ ਨਾਲ ਇਹ ਗੱਲ ਹੁੰਦੀ ਆ ਅਸੀਂ 2 ਮਹੀਨੇ ਆਦੀਆਂ ਪਿੰਡ 'ਚ ਸਾਰੇ ਮੋਹਤਬਰਾਂ ਨੂੰ ਮਿਲੇ ਆ ਕਿ ਇਹਨਾਂ ਨੂੰ ਕਹੋ ਵੀ ਸਾਡੇ ਪੈਸੇ ਸਾਨੂੰ ਵਾਪਸ ਦੇ ਦਿੱਤੇ ਜਾਣ ਪਰ ਪੈਸੇ ਵਾਪਸ ਨਹੀਂ ਹੋਏ ਫਿਰ ਅਸੀਂ ਸਤੰਬਰ ਮਹੀਨੇ 'ਚ 2022 ਦੇ ਵਿੱਚ SSP ਗੁਰਦਾਸਪੁਰ ਨੂੰ ਦਰਖਾਸਤ ਦਿੱਤੀ ਆ SSP ਗੁਰਦਾਸਪੁਰ ਨੂੰ 9ਵੇਂ ਮਹੀਨੇ 'ਚ ਦਰਖਾਸਤ ਦਿੱਤੀ ਆ 7 ਮਹੀਨੇ ਇਨਕੁਆਇਰੀ 'ਤੇ ਲੱਗਿਆ ਜੀ 7 ਮਹੀਨੇ ਬਾਅਦ 3/3/2023 ਨੂੰ ਉਹਨਾਂ 'ਤੇ 420 ਦਾ ਪਰਚਾ ਹੁੰਦਾ 4 ਜਾਣਿਆਂ 'ਤੇ ਉਹਦੇ ਵਿੱਚ 22 ਨੇਮ 3 ਜਾਣੇ ਜ਼ਮਾਨਤ ਲੈ ਜਾਂਦੇ ਪੁਲਿਸ ਇੱਕ ਵਾਰੀ ਵੀ ਕੋਰਟ 'ਚ ਜਾ ਕੇ ਨਹੀਂ ਕਹਿੰਦੀ ਕਿ ਸਾਨੂੰ ਇਹਦਾ ਰਿਮਾਂਡ ਚਾਹੀਦਾ ਜਾਂ ਸਾਨੂੰ ਕੀ ਚਾਹੀਦਾ ਉਸ ਤੋਂ ਬਾਅਦ 23/3 ਨੂੰ ਮੈਂ ਇੱਥੇ 26/3 ਨੂੰ ਮੈਂ ਇੱਥੇ ਡਿਪਟੀ ਸਿਟੀ ਨੂੰ ਮਿਲਣ ਆਉਂਦਾ ਕਿ ਚੌਥੇ ਬੰਦੇ ਦਾ ਕੀ ਕਰਨ ਦੇ ਜੋ ਜਿਹੜਾ ਭਪਿੰਦਰ ਸਿੰਘ ਆ ਭਪਿੰਦਰ ਇਹ ਉਧਰੋਂ ਉਹ ਵੀ ਉਦਨ ਤਫਤੀਸ਼ ਸ਼ਾਮਲ ਹੋਣ ਆਉਂਦੇ ਨੇ ਮੈਨੂੰ ਰਸਤੇ 'ਚ ਘੇਰ ਕੇ ਉਹ ਮੇਰੇ ਗੱਲ ਪੈ ਜਾਂਦੇ ਨੇ ਮੇਰੀ ਬਾਂਹ 'ਤੇ ਸੱਟ ਲਾਉਂਦੇ ਨੇ ਅਸੀਂ ਉੱਥੋਂ ਨਿਕਲ ਕੇ ਭੱਜਦੇ ਹਾਂ ਮੇਰੇ ਨਾਲ ਦੇ ਮੈਨੂੰ ਬਟਾਲੇ ਐਡਮਿਟ ਕਰਾ ਦਿੰਦੇ ਨੇ ਬਟਾਲੇ ਜਾ ਕੇ 26 ਦਾ ਰਿਜ਼ਲਟ ਮੇਰਾ ਆਉਂਦਾ ਆ ਪੁਲਿਸ ਪ੍ਰਸ਼ਾਸਨ ਮੇਰੇ ਬਿਆਨਾਂ 'ਤੇ ਤੇ ਇਨਕੁਆਇਰੀ ਦੇ ਵਿੱਚ ਸਦਰ ਥਾਣੇ 'ਚ 326 ਦਾ ਪਰਚਾ ਦਰਜ ਕਰਦੀ 29/3 ਨੂੰ 29/3 ਤੋਂ ਬਾਅਦ ਚੌਥੇ ਦੀ 3 ਤਰੀਕ ਨੂੰ ਇਹ ਇਨਕੁਆਇਰੀ ਲਾ ਦਿੰਦੇ ਨੇ ਅੱਜ ਤੱਕ ਪੁਲਿਸ ਪ੍ਰਸ਼ਾਸਨ ਨੇ ਇਨਕੁਆਇਰੀ ਦੇ ਵਿੱਚ ਸਾਡਾ ਸਮਾਂ ਬਤੀਤ ਕੀਤਾ ਨਾ 420 ਦੇ ਵਿੱਚ ਅਰੈਸਟ ਪਾਈ ਗਈ ਆ ਨਾ 326 ਦੇ ਵਿੱਚ ਅਰੈਸਟ ਪਾਈ ਗਈ ਆ ਸਾਨੂੰ ਰੋਜ਼ ਮਿੱਠੀ ਗੋਲੀ ਡਿਪਟੀ ਸਿਟੀ ਦੇਣ ਡਿਆ ਜੀ ਸਾਰਾ ਜਿੰਨਾ ਵੀ ਇਹਦੇ ਵਿੱਚ ਐਲੀਗੇਸ਼ਨ ਆ ਡਿਪਟੀ ਸਿਟੀ ਹੀ ਸਾਰੀ ਗੇਮ ਘਮਾਉਣ ਡਿਆ ਕਿਉਂਕਿ ਇੱਥੋਂ ਤੱਕ ਵੇਖੋ ਜੇ ਇਨਕੁਆਇਰੀ ਲੱਗੀ ਆ ਇੱਕ ਬੰਦਾ ਬਾਹਰ ਹੋ ਸਕਦਾ ਜੇ ਇਹਨਾਂ ਨੇ ਕਰਨਾ 2 ਬੰਦੇ ਬਾਹਰ ਹੋ ਸਕਦੇ ਆ ਸਾਰੇ 5 ਦੇ 5 ਬੰਦੇ ਕਿਉਂ ਬਾਹਰ ਹੋ ਰਹੇ ਆ ਜੇ 5 ਬੰਦੇ ਬਾਹਰ ਹੋ ਰਹੇ ਆ ਤਾਂ ਗੁਰਦੀਪ ਸਿੰਘ ਨੂੰ ਸਾਬਤ ਕਰ ਦੇਣ ਕਿ ਗੁਰਦੀਪ ਸਿੰਘ ਨੇ ਸਿਫਾਰਸ਼ ਤੇ ਪਰਚਾ ਕਰਾਇਆ ਸੀ ਗੁਰਦੀਪ ਸਿੰਘ ਨੇ ਕਿਸੇ ਦਬਾਅ ਦੇ ਵਿੱਚ ਪਰਚਾ ਕਰਾਇਆ ਸੀ ਇਹਨਾਂ ਦੇ ਪੁਲਿਸ ਅਫਸਰਾਂ ਨੇ ਇਨਕੁਆਇਰੀ ਕੀਤੀ ਆ ਜੇ ਪਰਚਾ ਕੈਂਸਲ ਹੁੰਦਾ ਆ ਤਾਂ ਸਦਰ ਥਾਣਾ ਦੇ SHO ਤੇ ਕਾਰਵਾਈ ਹੋਣੀ ਚਾਹੀਦੀ ਆ ASI ਮਲਕੀਤ ਸਿੰਘ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਕਿ ਉਹਨਾਂ ਪਰਚਾ ਗਲਤ ਦਰਜ ਕਿਉਂ ਕੀਤਾ ਕਿੰਨੇ ਬੰਦੇ ਦੇ ਟੋਟਲ ਪਰਚਾ ਕੀਤਾ ਗਿਆ ਜੀ 5 ਬੰਦਿਆਂ ਦੇ ਨਾਲੇ ਪਰਚਾ ਦਰਜ ਕੀਤਾ ਗਿਆ ਜੀ ਇੱਕੋ ਪਿੰਡ ਦੇ ਬੰਦੇ ਨੇ ਨਹੀਂ ਜੀ ਇੱਕ ਪਿੰਡ ਕਾਲੇ ਨੰਗਲ ਦਾ ਜੀ ਚਾਰ ਬੰਦੇ ਉੱਥੋਂ ਦੇ ਆ ਜੀ ਕਿਹੜੇ ਪਿੰਡ ਆਦੀਆਂ ਪਿੰਡ ਦੇ ਜੀ ਕਿੰਨੇ ਪੈਸਿਆਂ ਦਾ ਫਰੋਡ ਹੋਇਆ 29,70,000 ਦਾ ਜੀ ਪੈਸੇ ਦੇ ਚੁੱਕੇ ਤੁਸੀਂ ਸਾਰੇ ਹਾਂਜੀ ਔਨ ਅਕਾਊਂਟ ਪੇਮੈਂਟ 24,70,000 ਅਕਾਊਂਟ 'ਚ ਆ 5 ਲੱਖ ਨਗਦ ਆ ਜੀ ਇਹ ਏਜੰਟ ਇਸ ਵਕਤ ਕਿੱਥੇ ਨੇ ਜੀ ਇਹ ਏਜੰਟ ਪਹਿਲੋਂ ਤੇ ਸਾਨੂੰ ਪੁਲਿਸ ਅੱਜ ਤੋਂ ਵੀ 1.5 ਮਹੀਨਾ ਪਹਿਲੋਂ ਕਹਿੰਦੇ ਸੀ ਕਿ ਉਹ ਬਾਹਰ ਚਲਾ ਗਿਆ ਹੁਣ ਪਰਸੋਂ ਦੀ ਮੇਰੇ ਕੋਲ ਰਿਕਾਰਡਿੰਗ ਹੈ ਡਿਪਟੀ ਸਿਟੀ ਦੀ ਵੀ ਉਹ ਬਾਹਰ ਨਹੀਂ ਆ ਉਹ ਇੱਥੇ ਆ ਡਿਪਟੀ ਸਿਟੀ ਨਾਲ ਉਸ ਏਜੰਟ ਭਵਿੰਦਰ ਸਿੰਘ ਦੀ ਡੇਲੀ ਗੱਲ ਹੋ ਰਹੀ ਆ ਜੀ ਤੇ ਤੁਸੀਂ ਆਪ ਜਾਣ ਲਓ ਕਿ ਜੇ ਡਿਪਟੀ ਸਿਟੀ ਨਾਲ ਉਹਦੀ ਡੇਲੀ ਗੱਲ ਹੋ ਰਹੀ ਆ ਤੇ ਉਹ ਕਿਤੇ ਦੂਰ ਨਹੀਂ ਆ ਫਿਰ ਤੁਸੀਂ ਸਾਰੇ ਸਾਬਕਾ ਫੌਜੀ ਹੋ ਹਾਂਜੀ ਹਾਂਜੀ ਸਾਰੇ ਸਾਬਕਾ ਫੌਜੀ ਆ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਏ ਜਾਂ ਉਹਨਾਂ 5 ਬੰਦਿਆਂ ਨੂੰ ਜਿਨ੍ਹਾਂ ਤੇ 26 ਉਹਨਾਂ ਨੂੰ ਅੰਦਰ ਕੀਤਾ ਜਾਵੇ ਤੇ 420 ਦੇ ਵਿੱਚ ਭਪਿੰਦਰ ਸਿੰਘ ਨੂੰ ਫੜ ਕੇ ਅੰਦਰ ਕੀਤਾ ਜਾਵੇ ਮੇਰਾ ਨਾਮ ਹੈ ਕੈਪਟਨ ਬਲਵੀਰ ਸਿੰਘ ਹੈ ਔਰ ਅਸੀਂ ਸਾਬਕਾ ਸਰਬਸਾਜੀ ਕਮੇਟੀ ਦੇ ਮੈਂਬਰਾਂ ਨਾਲ ਜੀ ਮੈਂ ਪਠਾਨਕੋਟ ਜ਼ਿਲ੍ਹੇ ਦਾ ਪ੍ਰਧਾਨ ਹਾਂ
एस एस पी दफ्तर के बाहर अं इस करके आए हैं, अं पहले भी दो बारी आए हैं, उन्होंने मिले इतने धरना भी लगा सीगा सबका सैनिकों का। उस दिन उन्होंने आश्वासन दवाया सीगा कि अं तो इन्नी तरीक न पैसे अं दवा देंगे, सानू समा दे दो थोड़ा जा। लेकिन उस दिन तो लैके अज तक कोई इन्होंने कार्रवाई नहीं की अज तक, जिद कि जोड़े साढ़े वीर फौजी ने यह संतुष्ट हो जाए, वो कोई कार्रवाई नहीं की इन्होंने। जदों आने जी यही कहें अज कोर्ट केस कर देता जी, जे कोर्ट केस करना ही तो उदन ही कर देंगे, फाइल कर देंगे उस दिन ही। ये भी चैक कर लेना उन्होंने अकाउंट पैसा गया है, पैसा ट्रांजैक्शन गई किड़े पासे है, ये तो चैक कर सकती है पुलिस, ये भी नहीं चैक कर सकती है। हुण मिठियां गोलियां देन डे ने इत्थे खलोते की मंग करदे हो जी? असीं मंग ये करदे कि जिहड़े वीर दे नाल 2,70,000 की ठगी हुई है, उस वीर नूं कम से कम फौजी बंदा है बार्डर ते रह गया है, कल्ला कल्ला पैसा उन्हें जोड़िया बेचारे ने अपनी तनखाह च जोड़िया, ये कोई रेता बजरी वेच के तो किसी ने जोड़िया नहीं गा। कम से कम उस बंदे नूं इंसाफ दवाओ, सगों पग्गां बन्न के सिरां दे उत्ते असीं 9-9 मीटर पग्गां बन्नियां ने सिरां दे उत्ते, सिर पसाए पग्गां दे विच, इंसाफ दवाउण वास्ते असीं है नहीं इत्थे। जिहड़े बच्चे ने इको पिंड दे ने सारे? हाँ जी। किन्ने बच्चे ने? 5 बच्चे है जी। जे नहीं किसी तरह का मसला हल होता तो अगर की कार्रवाई की? फिर सारे अपने जिन्हें भी अपने पंजाब के सबका सैनिक ने वो सारे इकट्ठे करांगे, हर जगह के उत्ते चौंकों के उत्ते जिते मेन हाईवे ने वो जाम कर देंगे। ये गुरदीप सिंह ने पिंड ढाले दे जिहड़ा बाबा नानक नाल रिलेटड ने, इन्होंने नाल एक 5-6 बच्चों का इन्होंने पैसे दवाए से, इतने भुपिंदर सिंह आदिया पिंड का ट्रैवल एजेंट से, तो इन्होंने जोड़ा सेम दरखास्त एक मोहाली दी सी, एक इतने दी सी, जोड़ा असी जोड़ा पुलिस ने डिस्ट्रिक्ट गुरदासपुर की ने 4 बंद के खिलाफ़ मुकदमे दर्ज किए, जिन्हें 3 अरैसट कर ले, एक बंदा जोड़ा वो खिलाफ़ पीओ प्रोसीडिंग चल रही है, जिदी असी इन्वेस्टिगेशन कंप्लीट करके जी अदालत चलान देता है। दूसरा मुकदमा इन्होंने दर्ज कराया थाने सदर च लड़ाई झगड़े का, वो जी अजे साड़ी तफ्तीश चल रही है, असी कोई उन्होंने अजे फाइनल नहीं सी कीता क्योंकि दूजी पार्टी ने जी है जी पड़ताल करने कहा कि असी आमने सामने भी किए उस पड़ताल करने के, वो अजे तफ्तीश पेंडिंग है। जिस इन्हों असी कहा भी तुहाडे फ्रॉड केस का जोड़ा है ना वो असी कंप्लीट करके अदालत च देता, दूजा भी असी विदिन 2 वीक के या 3 वीक के असी जो अदालत च दे देंगे वो मुकदमा, वो लिए प्रोटेस्ट करन आए ने। इन्हां दे भी दूजे सारी एविडेंस इकट्ठी करनी जरूरी सी लड़ाई झगड़े च, इस करके वो भी थोड़ा टाइम तो इन्वेस्टिगेशन च लगता ही है ना, जदों मतलब FIR सिस्टम नाल लॉज होई होए। भुपिंदर सिंह वो इतों भगौड़ा जी, वो खिलाफ़ असी जी है वारंट जारी हो गए से, उन्होंने बयान भी देते हैं, हूँ उन्होंने जज साहब ने इश्तहार जारी करके विदिन महीने च प्रोसीडिंग पूरी हो जाए, इन्हों का असी मुकदमा अदालत च देता क्योंकि हूँ अदालत च ही देना। हूँ इन्होंने पिछले लास्ट टाइम जो कहते इन्होंने कोई साथी भी पैसे दवाए जाए, असी दूजी पार्टी ने काउंसलिंग की वो ट्राई कर रहे हैं जी भी किसी तरीके उन्होंने पैसे दे दिए, पर यह कहें भी सानू बहुत शॉर्ट टाइम च पैसे दे, पुलिस नू पैसे दवाउण दी अथॉरिटी नहीं हैगी, पर क्योंकि कई बार लोक भलाई का काम करते हुए इंसानियत करते हुए पुलिस इस गल्ल च हैल्प करती है, काउंसलिंग करती है, इस करके असी उहदे च भी इन्हां दी मदद कर रहे हैं, पर ये सानू मतलब उस चीज़ नू बहुत जल्दी ली प्रैशर पा रहे हैं, गल कर रहे हैं भी जल्दी दवा दो, इन्हां नू थोड़ा टाइम देना ही पेगा, हर काम लई तफ्तीश लई भी टाइम देना पेगा, बहुत सारे मुकदमे जिहड़े कई बार साल 2-2 साल भी चलते हैं, बहुत सारे मुकदमे जिहड़े अनट्रेस भी रहिंदे ने, जिहड़ी ये गल कह रहे इन्हां नू कोई अफवाह दे रहा जां ये झूठी पता नहीं कौन इन्हां नू तलाह दे रहा भी हाँ जी परचा कैंसल करता जां आ रिपोर्ट बन गई है, वह जदों कि वह मेरे को ही तफ्तीश है, मैं खुद कह रहा भी नहीं वो अजे फाइनलाइज नहीं किया उन्होंने असी। सर पूरा ब्लॉक बंद कर दिता होना, कुंडे लगा दिए, दोनों एंट्रियां बंद कर दी गई ने, कोई गल बात नहीं, असी इन्हों गल चल रही है जी, साडा काम आ एक लैवल ते तक जाके समझाना बहुत जरूरी हुंदा क्योंकि साडे ही अपने ने, इन्हों नू समझाउण लई असी जिहड़ा इत्थे मैं ते SP हेडक्वार्टर सर होर सारे ऑफिसर अं इकट्ठे हाँ, इस करके असी इन्हों नू जरूर काउंसलिंग करांगे इस मामले च भी जे सारे मदई इदा बैठन लगे तो फिर जिहड़े कार्रवाई पुलिस नहीं करेगी, पुलिस इन्हां ते इत्थे टाइम स्पेंड करेगी। थैंक यू।